ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਤਾਂ ਦੱਸ ਦਈਏ ਕਿ ਇਸ ਗੱਲ ਨੂੰ ਬਿਲਕੁਲ ਸਹੀ ਸਾਬਿਤ ਕਰ ਦਿਖਾਇਆ ਇਸ ਵੀਡੀਓ ਨੇ। ਇਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਦੇ ਵੱਲੋਂ ਜੋ ਲਾਈਟਾਂ ਵਾਲਾ ਖੰਭਾ ਹੈ ਸੜਕ ਦੇ ਵਿਚਕਾਰ ਲੱਗਿਆ ਹੋਇਆ, ਉਸ ਦੇ ਵਿੱਚ ਆ ਕੇ ਜ਼ੋਰਦਾਰ ਟੱਕਰ ਮਾਰੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਖੰਭਾ ਟੁੱਟ ਕੇ ਜਦੋਂ ਸੜਕ ਦੇ ਉੱਤੇ ਗਿਰਨ ਲੱਗਦਾ ਹੈ ਤਾਂ ਨੇੜੇ ਤੋਂ ਨਿਕਲ ਰਿਹਾ ਇੱਕ ਬਾਈਕ ਸਵਾਰ ਇਸ ਦੇ ਵਿੱਚ ਵਾਲ ਵਾਲ ਬਚ ਜਾਂਦਾ ਹੈ। ਤਾਂ ਬਿਲਕੁਲ ਸਹੀ ਕਿਹਾ ਜਾ ਸਕਦਾ ਹੈ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਜਦੋਂ ਤੱਕ ਹੁਕਮ ਨਾ ਹੋਵੇ ਉਦੋਂ ਤੱਕ ਬੰਦੇ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਤਾਂ ਦੱਸ ਦਈਏ ਕਿ ਬਿਲਕੁਲ ਹੀ ਠੀਕ ਉਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਆ ਕੇ ਸਿੱਧਾ ਹੀ ਖੰਭੇ ਦੇ ਵਿੱਚ ਵੱਜਦਾ ਹੈ ਅਤੇ ਜਦੋਂ ਇਹ ਖੰਭਾ ਡਿੱਗਣ ਲੱਗਦਾ ਤਾਂ ਕੋਲ ਦੀ ਨਿਕਲ ਰਿਹਾ ਬਾਈਕ ਸਵਾਰ ਇਸ ਘਟਨਾ ਦੇ ਵਿੱਚ ਵਾਲ ਵਾਲ ਬਚ ਜਾਂਦਾ ਹੈ। ਅਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਹਾਰਾਸ਼ਟਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਦੇਰ ਰਾਤ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਹਾਲਾਂਕਿ ਇਸ ਦੇ ਵਿੱਚ ਟਰੱਕ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਜੋ ਟਰੱਕ ਦਾ ਚਾਲਕ ਹੈ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪਰ ਹਰ ਕੋਈ ਇਸ ਵੀਡੀਓ ਨੂੰ ਜੋ ਵੀ ਦੇਖ ਰਿਹਾ ਹੈ ਉਸ ਦੇਖਣ ਵਾਲੇ ਦੇ ਇੱਕ ਵਾਰੀ ਰੋਂਗਟੇ ਜ਼ਰੂਰ ਖੜ੍ਹੇ ਹੋ ਰਹੇ ਨੇ। ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਤਾਂ ਦੱਸ ਦਈਏ ਕਿ ਇਸ ਗੱਲ ਨੂੰ ਬਿਲਕੁਲ ਸਹੀ ਸਾਬਿਤ ਕਰ ਦਿਖਾਇਆ ਇਸ ਵੀਡੀਓ ਨੇ। ਇਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਦੇ ਵੱਲੋਂ ਜੋ ਲਾਈਟਾਂ ਵਾਲਾ ਖੰਭਾ ਹੈ ਸੜਕ ਦੇ ਵਿਚਕਾਰ ਲੱਗਿਆ ਹੋਇਆ, ਉਸ ਦੇ ਵਿੱਚ ਆ ਕੇ ਜ਼ੋਰਦਾਰ ਟੱਕਰ ਮਾਰੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਖੰਭਾ ਟੁੱਟ ਕੇ ਜਦੋਂ ਸੜਕ ਦੇ ਉੱਤੇ ਗਿਰਨ ਲੱਗਦਾ ਹੈ ਤਾਂ ਨੇੜੇ ਤੋਂ ਨਿਕਲ ਰਿਹਾ ਇੱਕ ਬਾਈਕ ਸਵਾਰ ਇਸ ਦੇ ਵਿੱਚ ਵਾਲ ਵਾਲ ਬਚ ਜਾਂਦਾ ਹੈ। ਤਾਂ ਬਿਲਕੁਲ ਸਹੀ ਕਿਹਾ ਜਾ ਸਕਦਾ ਹੈ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਜਦੋਂ ਤੱਕ ਹੁਕਮ ਨਾ ਹੋਵੇ ਉਦੋਂ ਤੱਕ ਬੰਦੇ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਤਾਂ ਦੱਸ ਦਈਏ ਕਿ ਬਿਲਕੁਲ ਹੀ ਠੀਕ ਉਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਆ ਕੇ ਸਿੱਧਾ ਹੀ ਖੰਭੇ ਦੇ ਵਿੱਚ ਵੱਜਦਾ ਹੈ ਅਤੇ ਜਦੋਂ ਇਹ ਖੰਭਾ ਡਿੱਗਣ ਲੱਗਦਾ ਤਾਂ ਕੋਲ ਦੀ ਨਿਕਲ ਰਿਹਾ ਬਾਈਕ ਸਵਾਰ ਇਸ ਘਟਨਾ ਦੇ ਵਿੱਚ ਵਾਲ ਵਾਲ ਬਚ ਜਾਂਦਾ ਹੈ। ਅਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਹਾਰਾਸ਼ਟਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਦੇਰ ਰਾਤ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਹਾਲਾਂਕਿ ਇਸ ਦੇ ਵਿੱਚ ਟਰੱਕ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਜੋ ਟਰੱਕ ਦਾ ਚਾਲਕ ਹੈ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪਰ ਹਰ ਕੋਈ ਇਸ ਵੀਡੀਓ ਨੂੰ ਜੋ ਵੀ ਦੇਖ ਰਿਹਾ ਹੈ ਉਸ ਦੇਖਣ ਵਾਲੇ ਦੇ ਇੱਕ ਵਾਰੀ ਰੋਂਗਟੇ ਜ਼ਰੂਰ ਖੜ੍ਹੇ ਹੋ ਰਹੇ ਨੇ।